श्री हेमकुंट साहिब जी का अस्थान किवें लभ्या गया, किवें प्रगट होया ए महान अस्थान, फतेह बुलाओ वीडियो शुरू करिए। वाहिगुरु जी का खालसा, वाहिगुरु जी की फतेह। सब तो पहला कलगीधर पिता जी ने आप बचित्र नाटक विच इस अस्थान बारे लिखिया, हेमकुंट पर्वत है जहाँ सप्त सरिंग शोभित है तहाँ। समा बतीत हुंदा गया, इस गल नूं फिर महाकवि भाई संतोख सिंह जी हुणी वी श्री गुर प्रताप सूरज ग्रंथ विच लिखिया। हुण समा आउंदा है 1884 दा, जदों एक निर्मले संत होए हन तारा सिंह जी नरोतम, उन्हां नूं पटियाले दी रियासत वल्लों एक कम सौंपिया गया कि तुसीं हिस्टोरीयन हो, एक संग्रह इकट्ठा करो जिहदे विच गुरु साहिबान जी दे सारे अस्थानां दी जानकारी होवे। उन्हां ने फिर अपनी पुस्तक श्री गुर तीर्थ संग्रह विच जिथे बाकी सारे अस्थानां दा जिक्र किया, उत्थे श्री हेमकुंट साहिब दा भी जिक्र किया। इस अस्थान नूं लभदे लभदे ओह जदों जोशी मठ तो अगे रस्ता कच्चा सीगा बद्रीनाथ वल नूं जांदियां एक शहर आउंदा है, छोटा जिहा टाउन जिस नूं कहिंदे हन पांडुकेश्वर, उत्थे ओह आए खोज करदे रहे। हौली हौली उन्हां नूं पता लगा कि इत्थे पहाड़ां दे विच उपर एक लेक है जिस नूं लोकल लोक बहुत पवित्र मानदे हन ते लोकपाल दे नाम दे नाल जानदे हन। उत्थों कुछ एक जथा उत्थे इशनान करन वास्ते जाण लगा सी, जदों भाई तारा सिंह जी ने कहा कि मैं भी नाल आ सकदा हाँ, उन्होंने कहा आ जाओ। ये उही समां सी जदों फिर उह इन्हां ही पहाड़ियां चों निकलदे होए गए होणगे, तां उत्ते जा के जदों उन्होंने इशनान कीता ते आले दुआले देखिया ਉਹ ਸੱਤ ਵੱਡੀਆਂ ਪਹਾੜੀਆਂ ਵੇਖ ਕੇ, ਤਾਂ ਉਸ ਵੇਲੇ ਉਹਨਾਂ ਨੂੰ ਸਪਤ ਸਰਿੰਗ ਸੋਭਿਤ ਹੈ ਤਹਾਂ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਪ੍ਰਤੀਤ ਹੋਣ ਲੱਗੀ। ਉਹਨਾਂ ਨੇ ਦਰਸ਼ਨ ਕਰਕੇ ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਕਿ ਇਹੀ ਕਲਗੀਧਰ ਜੀ ਦਾ ਸਥਾਨ ਹੈ, ਆਪਣੀ ਪੁਸਤਕ ਵਿੱਚ ਲਿਖ ਦਿੱਤਾ। ਪਰ ਸੰਗਤ ਜੀ 1884 ਤੋਂ ਬਾਅਦ 'ਚ ਤਕਰੀਬਨ 40 ਸਾਲ ਇਸ ਦੇ ਉੱਤੇ ਕਿਸੇ ਨੇ ਜ਼ਿਆਦਾ ਗੌਰ ਨਹੀਂ ਕੀਤਾ। ਸਿਰਫ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜਦੋਂ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਉਸ ਵੇਲੇ ਜਿਹੜੇ ਚਾਰ ਥਾਂ ਡਿਫਰੈਂਟ ਸੀਗੇ, ਜਿਹੜੇ ਹੇਮਕੁੰਟ ਸਾਹਿਬ ਦੇ ਸਿਮਿਲਰ ਸੀਗੇ, ਇੱਕ ਨਾਸਿਕ ਦੇ ਕੋਲ ਸੀਗਾ, ਇੱਕ ਪਟਨਾ ਸਾਹਿਬ ਦੇ ਕੋਲ ਸੀਗਾ, ਇੱਕ ਕੈਲਾਸ਼ ਪਰਬਤ ਦੇ ਕੋਲ ਸੀ, ਤਾਂ ਇੱਕ ਇਹੀ ਸੀ ਜਿਹਨੂੰ ਪੰਡਿਤ ਤਾਰਾ ਸਿੰਘ ਨਰੋਤਮ ਹੁਣਾਂ ਨੇ ਲੱਭਿਆ ਸੀ। ਹੁਣ ਭਾਈ ਵੀਰ ਸਿੰਘ ਜੀ ਨੇ ਇਹ ਲਿਖ ਦਿੱਤਾ ਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਜਿਹਨੂੰ ਪੰਡਿਤ ਤਾਰਾ ਸਿੰਘ ਨਰੋਤਮ ਹੁਣਾਂ ਨੇ ਲਿਖਿਆ ਹੈ ਇਹੀ ਹੇਮਕੁੰਟ ਸਾਹਿਬ ਵਾਲਾ ਪੱਕਾ ਅਸਥਾਨ ਹੈ। ਫਿਰ ਕਲਗੀਧਰ ਚਮਤਕਾਰ ਜਦੋਂ ਛਪਿਆ ਹੈ ਉਸ ਤੋਂ ਬਾਅਦ 'ਚ ਸੰਗਤ ਜੀ ਅਸਲੀ ਗੱਲ ਸ਼ੁਰੂ ਹੁੰਦੀ ਹੈ, ਜਦੋਂ 1932 ਦੇ ਵਿੱਚ ਸਰਦਾਰ ਸੋਹਣ ਸਿੰਘ ਜੀ ਜਿਹੜੇ ਮਿਲਟਰੀ ਦੇ ਵਿੱਚੋਂ ਗ੍ਰੰਥੀ ਰਿਟਾਇਰ ਹੋਏ ਸੀ, ਉਹ ਟੀਰੀ ਗੜਵਾਲ ਦੇ ਇਲਾਕੇ ਵਿੱਚ ਰਹਿੰਦੇ ਸਨ, ਜਦੋਂ ਉਹਨਾਂ ਨੇ ਕਲਗੀਧਰ ਚਮਤਕਾਰ ਪੜ੍ਹਿਆ ਤਾਂ ਉਹ ਹੇਮਕੁੰਟ ਸਾਹਿਬ ਜੀ ਦਾ ਅਸਥਾਨ ਲੱਭਣ ਲਈ ਤੁਰ ਪਏ। 1933 ਵਿੱਚ ਆਏ, ਉਹਨਾਂ ਨੂੰ ਇਹ ਅਸਥਾਨ ਨਹੀਂ ਲੱਭਾ, ਸਿਆਲ ਆ ਗਿਆ, ਵਾਪਸ ਜਾਣਾ ਪਿਆ। 1934 ਦੇ ਵਿੱਚ ਉਹ ਫਿਰ ਵਾਪਸ ਆਉਂਦੇ ਹਨ ਜੋਸ਼ੀ ਮੱਠ ਪਾਂਡੂਕੇਸ਼ਵਰ, ਫਿਰ ਜਦੋਂ ਇਨਕੁਆਇਰੀ ਕਰਦੇ ਹਨ ਲੋਕਲ ਲੋਕਾਂ ਤੋਂ, ਪਤਾ ਲੱਗਦਾ ਹੈ ਕਿ ਉੱਪਰ ਲੋਕਪਾਲ ਨਾਂ ਦੀ ਇੱਕ ਲੇਕ ਹੈ, ਉਹ ਫਿਰ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਨਦੀ ਕਰੋਸ ਕਰਦੇ ਹਨ ਅਤੇ ਨਦੀ ਕਰੋਸ ਕਰਕੇ ਫਿਰ ਉਹ ਅਸਥਾਨ 'ਤੇ ਪਹੁੰਚਦੇ ਹਨ, ਧੰਨ ਹੋ ਜਾਂਦੇ ਹਨ ਜਦੋਂ ਉਹ ਅਸਥਾਨ ਦੇ ਦਰਸ਼ਨ ਕਰਦੇ ਹਨ। ਹੁਣ ਭਾਈ ਸੋਹਣ ਸਿੰਘ ਜੀ ਅਸਥਾਨ ਲੱਭ ਕੇ ਬਹੁਤ ਖੁਸ਼ ਹੁੰਦੇ ਹਨ, ਵਾਪਸ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਜਿਹੜਾ ਮਸੂਰੀ ਹੈ ਦੇਹਰਾਦੂਨ ਦੇ ਕੋਲ, ਉੱਥੇ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਗਏ, ਉੱਥੋਂ ਦਾ ਜਿਹੜਾ ਪ੍ਰਧਾਨ ਸੀ ਉਸਨੂੰ ਇਹ ਗੱਲ ਕਹੀ ਤਾਂ ਉਹਨਾਂ ਨੇ ਇਹ ਗੱਲ 'ਤੇ ਗੌਰ ਨਹੀਂ ਕੀਤਾ। ਫਿਰ ਉਹ ਅੰਮ੍ਰਿਤਸਰ ਸਾਹਿਬ SGPC ਦੇ ਕੋਲ ਵੀ ਗਏ, SGPC ਨੇ ਵੀ ਇਸ ਗੱਲ 'ਤੇ ਗੌਰ ਨਹੀਂ ਕੀਤਾ। ਫਿਰ ਉਹ ਭਾਈ ਵੀਰ ਸਿੰਘ ਜੀ ਕੋਲ ਗਏ, ਭਾਈ ਵੀਰ ਸਿੰਘ ਜੀ ਕੋਲ 2 ਦਿਨ ਉੱਥੇ ਰਹੇ, ਭਾਈ ਵੀਰ ਸਿੰਘ ਜੀ ਨੇ ਉਹਨਾਂ ਕੋਲੋਂ ਪੂਰੀ ਦੀ ਪੂਰੀ ਇਨਕੁਆਇਰੀ ਕਰਕੇ ਮੋਹਰ ਲਗਾ ਦਿੱਤੀ ਕਿ ਇਹੀ ਕਲਗੀਧਰ ਜੀ ਦਾ ਅਸਥਾਨ ਹੈ, ਤਾਂ ਉਸ ਤੋਂ ਬਾਅਦ 'ਚ ਆਪਣੇ ਕੋਲੋਂ 2100 ਰੁਪਇਆ ਉਸ ਵੇਲੇ ਦਿੱਤਾ ਕਿ ਭਾਈ ਸੋਹਣ ਸਿੰਘ ਜੀ ਤੁਸੀਂ ਜਾਓ ਅਤੇ ਜਾ ਕੇ ਉੱਥੇ ਸੇਵਾ ਸ਼ੁਰੂ ਕਰੋ, 10x10 ਫੁੱਟ ਦਾ ਇੱਕ ਛੋਟਾ ਅਸਥਾਨ ਬਣਾ ਲਓ। ਹੁਣ ਭਾਈ ਸੋਹਣ ਸਿੰਘ ਜੀ ਵਾਪਸ ਆਉਂਦੇ ਹਨ ਅਤੇ ਆਪਣੇ ਨਾਲ ਭਾਈ ਮੋਦਨ ਸਿੰਘ ਜੀ, ਉਹ ਵੀ ਜਿਹੜੇ ਆਰਮੀ ਵਿੱਚ ਹਵਾਲਦਾਰ ਸਨ, ਉਹਨਾਂ ਨੂੰ ਨਾਲ ਲੈ ਕੇ ਆਉਂਦੇ ਹਨ। ਹੁਣ ਇਹ ਦੋ ਸਿੱਖ 1935 ਦੇ ਵਿੱਚ ਇਹਨਾਂ ਨੇ ਫਿਰ ਕੰਟਰੈਕਟਰ ਹਾਇਰ ਕੀਤਾ
ਤਾਂ ਉੱਤੇ ਸਮਾਨ ਲਿਜਾ ਕੇ 10x10 ਦਾ ਇੱਕ ਛੋਟਾ ਕਮਰਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸੰਗਤ ਜੀ ਜਦੋਂ ਇਹ ਅਸਥਾਨ ਬਣ ਕੇ ਤਿਆਰ ਹੋ ਗਿਆ ਤਾਂ 1937 ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਪਹਿਲੇ ਹਫ਼ਤੇ ਭਾਈ ਵੀਰ ਸਿੰਘ ਜੀ ਹੋਣਾ ਵੱਲੋਂ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਬੜੇ ਪਿਆਰ ਦੇ ਨਾਲ ਇਹਨਾਂ ਗੁਰਸਿੱਖਾਂ ਨੂੰ ਭੇਟ ਕੀਤਾ ਗਿਆ ਸੀ ਕਿ ਤੁਸੀਂ ਹੇਮਕੁੰਟ ਸਾਹਿਬ ਜਾ ਕੇ ਇਸੇ ਸਰੂਪ ਦਾ ਪ੍ਰਕਾਸ਼ ਕਰੋ। ਸੋ 1937 ਤਰੀਕ ਯਾਦ ਰੱਖਣਾ, ਜਿਸ ਦਿਨ ਪਹਿਲੀ ਵਾਰ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਹੁਣ ਭਾਈ ਸੋਹਣ ਸਿੰਘ ਜੀ ਅਤੇ ਭਾਈ ਮੋਦਨ ਸਿੰਘ ਜੀ ਆਪਸ 'ਚ ਰਲ ਕੇ ਬੜੀ ਸੇਵਾ ਕਰਦੇ ਹਨ, ਪਰ ਬਹੁਤਾ ਸਮਾਂ ਨਹੀਂ ਲੰਘਿਆ, 2 ਹੀ ਸਾਲ ਅੱਗੇ ਲੰਘੇ ਹਨ। 1939 ਆਇਆ ਜਦੋਂ ਭਾਈ ਸੋਹਣ ਸਿੰਘ ਜੀ ਹੁਣਾਂ ਨੂੰ TB ਦੀ ਬਿਮਾਰੀ ਹੋ ਗਈ। ਭਾਈ ਵੀਰ ਸਿੰਘ ਜੀ ਉਹਨਾਂ ਨੂੰ ਇਲਾਜ ਕਰਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਲੈ ਗਏ, ਪਰ ਉਹ ਸਰੀਰ ਉੱਥੇ ਛੱਡ ਗਏ। ਸੋ ਹੁਣ ਭਾਈ ਸੋਹਣ ਸਿੰਘ ਜੀ ਹੋਣੀ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਹੇਮਕੁੰਟ ਸਾਹਿਬ ਜੀ ਦੀ ਪੂਰੀ ਸੇਵਾ, ਪੂਰੀ ਦੀ ਪੂਰੀ ਜ਼ਿੰਮੇਵਾਰੀ ਭਾਈ ਮੋਦਨ ਸਿੰਘ ਹੁਣਾਂ ਨੂੰ ਸੌਂਪ ਦਿੰਦੇ ਹਨ। ਧੰਨ ਹਨ ਉਹ ਭਾਈ ਮੋਦਨ ਸਿੰਘ ਜੀ ਜਿਨ੍ਹਾਂ ਨੇ ਤਕਰੀਬਨ 21 ਸਾਲ ਸੰਗਤ ਜੀ ਇੱਥੇ ਦੇ ਠੰਡ ਵਿੱਚ, ਇੱਥੋਂ ਦੇ ਐਕਸਟ੍ਰੀਮ ਮੌਸਮ ਦੇ ਵਿੱਚ ਇੱਥੇ ਸਮਾਂ ਬਤੀਤ ਕਰਕੇ ਅਤੇ ਸ਼੍ਰੀ ਹੇਮਕੁੰਟ ਸਾਹਿਬ ਵਾਲੇ ਸਥਾਨ ਦੀ ਸੇਵਾ ਕੀਤੀ। ਜਿਹੜਾ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਦੇ ਵਿੱਚ ਆਪ ਜੀ ਉਹ ਵੱਡਾ ਦਰਖਤ ਦੇਖਦੇ ਹੋ ਜਿਹੜਾ ਵਿੱਚੋਂ ਖਾਲੀ ਹੈ, ਇਹ ਉਹੋ ਹੀ ਦਰਖਤ ਹੈ ਜਿਹਦੇ ਵਿੱਚ ਆਣ ਕੇ ਭਾਈ ਮੋਦਨ ਸਿੰਘ ਜੀ ਰਾਤ ਬਤੀਤ ਕਰਦੇ ਹੁੰਦੇ ਸਨ। ਜੰਗਲੀ ਜਾਨਵਰਾਂ ਦਾ ਡਰ ਅੱਜ ਵੀ ਬਹੁਤ ਹੈ, ਉਦੋਂ ਕਿੰਨਾ ਕੁ ਹੋਏਗਾ, ਕਿੰਨਾ ਕੁ ਇਲਾਕਾ ਖੌਫਨਾਕ ਹੋਏਗਾ ਜਿੱਥੇ ਕੋਈ ਰਸਤੇ ਨਹੀਂ ਹਨ, ਸੁੰਨਸਾਨ ਹੈ, ਜੰਗਲ ਹੈ, ਪਾਣੀ ਦੀਆਂ ਆਵਾਜ਼ਾਂ ਹਾਂ ਛਾਂ ਛਾਂ ਦੀਆਂ, ਅਤੇ ਉੱਥੇ ਭਾਈ ਮੋਦਨ ਸਿੰਘ ਜੀ ਉਸ ਦਰਖਤ ਦੇ ਵਿੱਚ ਆਪਣੀ ਰਾਤ ਬਤੀਤ ਕਰਦੇ ਸਨ। ਦਿਨ ਨੂੰ ਫਿਰ ਉੱਪਰ ਚਲੇ ਜਾਂਦੇ ਸਨ, ਰਾਤ ਫਿਰ ਇੱਥੇ ਆ ਕੇ ਬਤੀਤ ਕਰਦੇ ਸਨ। ਭਾਈ ਮੋਦਨ ਸਿੰਘ ਜੀ ਦੀ ਸੇਵਾ ਨੂੰ ਸਾਡੀ ਨਮਸਕਾਰ ਹੈ। ਹੁਣ ਭਾਈ ਵੀਰ ਸਿੰਘ ਜੀ ਨੇ ਉੱਧਰ ਜਿਹੜਾ ਆਪਣਾ ਖਾਲਸਾ ਸਮਾਚਾਰ ਸੀ ਜਾਂ ਹੋਰ ਲੇਖਣੀਆਂ ਸੀ ਸਿੱਖ ਕੌਮ ਦੀਆਂ, ਉਹਨਾਂ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ, ਕੌਮ ਨੂੰ ਜਾਗਰਤ ਕੀਤਾ, ਸੇਵਾ ਲਈ ਅਪੀਲ ਕੀਤੀ, ਕੌਮ ਨੇ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ। ਕਿਉਂਕਿ ਸੰਗਤ ਜੀ ਜੋਸ਼ੀ ਮੱਠ ਤੋਂ ਇੱਧਰ ਨੂੰ ਆਉਣ ਵਾਲੇ ਉਸ ਵੇਲੇ ਕੋਈ ਸੜਕ ਨਹੀਂ ਸੀ, ਫਿਰ ਉਸ ਵੇਲੇ ਭਾਈ ਮੋਦਨ ਸਿੰਘ ਜੀ ਹੋਣਾ ਦੀ ਰਹਿਨਮਾਈ ਹੇਠ ਹੀ 1944-45 ਦੇ ਵਿੱਚ ਗੋਬਿੰਦ ਘਾਟ ਵਾਲਾ ਅਸਥਾਨ ਉਸਾਰਿਆ ਗਿਆ। ਫਿਰ ਇੱਥੇ ਧਾਮ ਵਾਲੇ ਥਾਂ ਵੀ ਜਿੱਥੇ ਉਹ ਦਰਖਤ ਹੈ ਇਹਦੇ ਲਾਗੇ ਇੱਕ ਸ਼ੈੱਡ ਪਾ ਕੇ ਗੁਜ਼ਾਰਾ ਕੀਤਾ ਗਿਆ। ਸੰਗਤ ਜੀ ਅੰਦਾਜ਼ਾ ਹੈ ਕਿ 1952 ਦੇ ਕਰੀਬ ਪਹਿਲਾ ਜਥਾ ਜਿਹੜਾ ਸੀ ਉਹ ਲੋਕਲ ਗਾਈਡਾਂ ਦੇ ਥਰੂ ਇੱਥੇ ਲਿਆਂਦਾ ਗਿਆ। 1957 ਵਿੱਚ ਭਾਈ ਵੀਰ ਸਿੰਘ ਜੀ ਸਰੀਰ ਛੱਡ ਜਾਂਦੇ ਹਨ ਅਤੇ ਸਮਾਂ ਬਤੀਤ ਹੋ ਰਿਹਾ ਹੈ ਸੰਗਤ ਜੀ। 1960 ਦੇ ਵਿੱਚ ਭਾਈ ਮੋਦਨ ਸਿੰਘ ਜੀ ਵੀ ਸਰੀਰ ਛੱਡ ਜਾਂਦੇ ਹਨ, ਪਰ ਭਾਈ ਮੋਦਨ ਸਿੰਘ ਜੀ ਨੇ 1960 ਵਿੱਚ ਸਰੀਰ ਛੱਡਣ ਤੋਂ ਪਹਿਲਾਂ ਇੱਕ ਟਰੱਸਟ ਬਣਾ ਦਿੱਤਾ, ਤਾਂ 1960 ਤੋਂ ਲੈ ਕੇ ਅੱਜ ਤੱਕ ਉਹੀ ਟਰੱਸਟ ਜਿਹੜਾ ਹੈ ਉਹ ਇਹਨਾਂ ਸਾਰੇ ਸਥਾਨਾਂ ਦੀ ਸੇਵਾ ਸੰਭਾਲ ਕਰਦਾ ਆ ਰਿਹਾ ਹੈ। 1964 ਦੇ ਵਿੱਚ ਫਿਰ ਸ਼੍ਰੀ ਹੇਮਕੁੰਟ ਸਾਹਿਬ ਜੀ ਦਾ ਜਿਹੜਾ ਸਥਾਨ ਬਹੁਤ ਛੋਟਾ ਸੀ 10x10 ਫੁੱਟ ਦਾ, ਉਸ ਨੂੰ ਵੱਡਾ ਕਰਨ ਦਾ ਪਲੈਨ ਸ਼ੁਰੂ ਹੋਇਆ ਅਤੇ ਦੱਸਦੇ ਹਨ ਕਿ 1968 ਦੇ ਵਿੱਚ ਕੰਮ ਸ਼ੁਰੂ ਹੋ ਗਿਆ। ਉਦੋਂ ਹੀ ਜੋਸ਼ੀ ਮੱਠ ਤੋਂ ਗੋਬਿੰਦ ਘਾਟ ਅਤੇ ਅੱਗੇ ਬਦਰੀਨਾਥ ਵੱਲ ਨੂੰ ਜਿਹੜੀ ਪੱਕੀ ਸੜਕ ਬਣ ਗਈ, ਇੱਕ ਉੱਥੇ ਤੱਕ ਆਉਣਾ ਸੌਖਾ ਹੋ ਗਿਆ। ਤਦੋਂ ਫਿਰ ਅੱਗੇ ਲੋਕਲ ਲੋਕਾਂ ਦੀ ਮਦਦ ਦੇ ਨਾਲ ਹੌਲੀ ਹੌਲੀ ਫਿਰ ਇਹ ਰਾਹ ਬਣਾਉਣੇ ਸ਼ੁਰੂ ਕੀਤੇ, ਜਿਹੜੇ ਪਹਿਲਾਂ ਬਹੁਤ ਸੌੜੇ, ਤੰਗ ਅਤੇ ਬੜੇ ਖਤਰਨਾਕ ਹੁੰਦੇ ਸੀ, ਹੁਣ ਤਾਂ ਰਸਤੇ ਬਹੁਤ ਚੌੜੇ ਹੋ ਗਏ ਹਨ। 1968 ਵਿੱਚ ਫਿਰ ਉਸ ਹੇਮਕੁੰਟ ਸਾਹਿਬ ਜੀ ਦਾ ਜਿਹੜਾ ਅੱਜ ਸਰੂਪ ਤੁਸੀਂ ਦੇਖਦੇ ਹੋ ਉਹ ਪਲੈਨ ਕੀਤਾ ਗਿਆ। ਪਹਿਲਾਂ ਜਿਹੜਾ ਸਿਰਫ 10x10 ਫੁੱਟ ਦਾ ਸੀ, ਹੁਣ ਉਹ ਤਕਰੀਬਨ 110x110 ਫੁੱਟ ਦਾ ਸਥਾਨ, ਅਤੇ ਉਹ ਜਿਹੜੀ ਉਸਨੂੰ ਬਰਫ਼ ਦੇ ਵਿੱਚ ਹਰ ਤਰ੍ਹਾਂ ਦੇ ਮੌਸਮ ਨੂੰ ਝੱਲਣ ਵਾਸਤੇ ਜਿਹੜੀ ਤਰੇਸ਼ਮੀ ਛੱਤ ਦਿੱਤੀ ਗਈ 5 ਨੁੱਕਰਾਂ ਵਾਲੀ, ਉਹ ਜਿਹੜੀ ਇੱਕ ਆਈਕੋਨਿਕ ਜੀ ਛੱਤ ਹੈ, ਜਿਸ ਛੱਤ ਨੂੰ ਹੀ ਇਕੱਲੀ ਦੇਖ ਕੇ ਆਪਾਂ ਕਹਿ ਸਕਦੇ ਹਾਂ ਇਹ ਸ਼੍ਰੀ ਹੇਮਕੁੰਟ ਸਾਹਿਬ ਜੀ ਦਾ ਅਸਥਾਨ ਹੈ, ਔਰ ਉਹ ਅਸਥਾਨ ਦੀ ਇੱਕ ਯੂਨੀਕ ਸ਼ੇਪ ਹੈ ਜਿਹੜੀ ਹਰ ਸਿੱਖ ਦੇ ਹਿਰਦੇ ਵਿੱਚ ਵਸੀ ਹੋਈ ਹੈ। ਹੇਮਕੁੰਟ ਪਰਬਤ ਹੈ ਯਹਾਂ, ਸਪਤ ਸਰਿੰਗ ਸੋਭਤ ਹੈ ਤਹਾਂ, ਉਹ ਅਸਥਾਨ ਮੁੜ ਕੇ ਗੁਰਸਿੱਖਾਂ ਨੇ ਬੜੀ
ਕੜੀ ਮਿਹਨਤ ਦੇ ਨਾਲ ਲੱਭਿਆ ਔਰ ਅੱਜ ਧੰਨ ਭਾਗ ਹਨ ਜਿਹੜੇ ਗੁਰਸਿੱਖ ਇੱਥੇ ਦਰਸ਼ਨ ਕਰਨ ਆਉਂਦੇ ਹਨ। ਇਤਿਹਾਸ ਬਹੁਤ ਲੰਬਾ ਹੈ, ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਬਰੀਫ ਕਰਕੇ ਆਪ ਜੀ ਦੇ ਨਾਲ ਸਾਂਝ ਪਾਈ ਜਾਵੇ। ਭੁੱਲਾਂ ਬਹੁਤ ਹੋ ਗਈਆਂ ਹੋਣਗੀਆਂ, ਤੁਸੀਂ ਮੁਆਫ ਕਰ ਦੇਣਾ। ਫਤਿਹ ਬੁਲਾਓ ਜੀ, ਖੁਸ਼ੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।